ਗੁੱਜਰ ਸਾਹਿਬ ਮੇਰੇ ਨਾਲ ਲੈ ਕੇ ਦਿਓ ਨਾ, ਅਸੀਂ ਗਿਆ ਲੈਣ ਆਇਆ ਜੀ, ਸਾਡੇ ਨਾਲ ਲੱਭ ਗਿਆ। ਉਹ ਪਾਕਿਸਤਾਨ ਇੱਕ ਫੈਸਲ ਮਸਜਿਦ ਬਣੀ ਆ ਜਿਹੜਾ ਜਿਹੜੇ ਯੁੱਧ ਜਾ ਕੇ ਫੋਟੋਆਂ ਛਿੱਕਦਾ ਰਹਿੰਦੇ। ਗੁੱਜਰ ਸਾਹਿਬ ਸਨ ਰੈੱਡ ਬੁੱਲ ਲੈ ਕੇ ਦਿੱਤੀ, ਜਿਹੜੇ ਜ਼ਿੰਦਗੀ 'ਚ ਪਾਕਿਸਤਾਨ ਮੈਂ ਅੱਜ ਤੱਕ ਨਹੀਂ ਪੀਤੀ ਗੁੱਜਰ। ਅਸਲਾਮ ਵਾਲੇਕੁਮ, ਵੈਲਕਮ ਬੈਕ ਟੂ ਅਨਦਰ ਵਲੋਗ। ਕੀ ਹਾਲ ਚਾਲ ਨੇ, ਕੋਈ ਸ਼ੋ ਕੋਈ ਨਾ ਕਰਮ ਵਾਲੇ, ਔਰ ਹਫ਼ਤੇ ਛਫ਼ਤੇ ਕੋਈ ਨਾ ਕਰਦੇ। ਜੇ ਅਸੀਂ ਯੂਟਿਊਬ ਸ਼ੁਰੂ ਕਰ ਰਹੇ ਹਾਂ ਤਾਂ ਪਾਕਿਸਤਾਨ ਜਿਹੜਾ ਕਦੀ ਬੈਨ ਹੋਈ ਹੁੰਦੀ ਹੈ, ਕਦੀ ਕੁਝ ਹੋਇਆ ਹੁੰਦਾ, ਕਦੀ ਸਰਵਿਸ ਕੋਈ ਨਹੀਂ ਦਿੰਦੇ, ਕਦੀ ਕੋਈ ਕਰਦੇ ਨੇ, ਅਤੇ ਸਾਨੂੰ ਬਹੁਤ ਨੁਕਸਾਨ ਹੋ ਰਿਹਾ। ਮੇਰੇ ਨਾਲ ਅਸੀਂ ਫਲਾਪ ਹੋ ਗਏ। ਬਾਕੀ ਥੰਬਨੇਲ ਚੈੱਕ ਕਰ ਹੀ ਲਿਆਉਣਾ, ਅੱਜ ਕੀ ਮਾਹੌਲ ਸ਼ੋਲ ਅਸੀਂ ਕਰਨ ਚੱਲੇ ਹਾਂ, ਕਿਤੇ ਚੱਲੇ ਹਾਂ, ਕਿਤੇ ਜਾ ਰਹੇ ਹਾਂ, ਕੀ ਹੋ ਰਿਹਾ, ਕੀ ਹੋ ਨਹੀਂ ਹੋ ਰਿਹਾ। ਥੰਬਨੇਲ 'ਚ ਤੁਸੀਂ ਤੱਕ ਹੀ ਲਿਆ, ਵੇਖ ਹੀ ਲਿਆ, ਅਤੇ ਮੈਂ ਵੀ ਦੱਸ ਛੱਡਣਾ ਤੁਹਾਨੂੰ ਕੀ ਯਾਦ ਕਰੋ, ਅਤੇ ਮੈਂ ਕੋਈ ਰੋਜ਼ ਰੋਜ਼ ਇਹਨਾਂ ਦੀ ਗੱਲ ਨਹੀਂ ਦੱਸਦਾ। ਅੱਜ ਅਸੀਂ ਜਾ ਰਹੇ ਹਾਂ ਏਅਰਪੋਰਟ, ਏਅਰਪੋਰਟ ਏਅਰਪੋਰਟ 'ਤੇ ਸਪੈਲਿੰਗ ਆਉਂਦਾ ਨੇ ਕੋਈ ਨਹੀਂ ਆਉਂਦਾ, ਮੈਨੂੰ ਪਤਾ ਹੈ, ਮੈਂ ਤਾਂ ਵਾਸਤੇ ਹੀ ਦੱਸਿਆ ਕਿ ਅਸੀਂ ਹੁਣ ਏਅਰਪੋਰਟ ਜਾ ਰਹੇ ਹਾਂ। ਉੱਥੇ ਮੇਰਾ ਇੱਕ ਬਹੁਤ ਹੀ ਮਾਲੂ ਆਏ ਆ, ਮਾਲੂ ਹੋਏ ਦਾ ਮਾਲੂ ਹੈ ਕਿ ਅੱਗੋਂ ਤੋਂ ਮੇਰੇ ਵਲਾਗ ਉਹਦੇ 'ਤੇ ਬਣਨ ਕਰਨ ਦੇ ਕਰਮ ਵਾਲਿਆਂ। ਉਹ ਆਈਫੋਨ 13 ਪ੍ਰੋ ਮੈਕਸ ਆਇਆ, 13 ਪ੍ਰੋ ਮੈਕਸ ਦੇ ਸਪੈਲਿੰਗ ਪੜ੍ਹਦਿਆਂ ਪੜ੍ਹਦਿਆਂ ਬੰਦੇ ਦੇ ਮੂੰਹ 'ਚ ਫਸ ਜਾਂਦੇ ਨੇ ਸਪੈਲਿੰਗ। 13 ਪ੍ਰੋ ਮੈਕਸ, ਉਹ ਅਤੇ ਚਲੋ ਚਪਲਾਂ ਛੱਡਦੇ ਹਾਂ। ਹੁਣ ਅਸੀਂ ਆਏ ਹਾਂ ਮੁੰਡੇ ਦੇ ਘਰ, ਮੈਂ ਫਿਲਹਾਲ ਆਇਆ ਉਹਦੇ ਕੋਲ ਗੱਡੀ ਛੱਡੀ ਆਈ, ਅਤੇ ਆਉਂਦਾ ਚੱਲ ਦੋਵੇਂ ਲੱਗੇ ਚੱਲਾਂਦੇ ਏਅਰਪੋਰਟ 'ਤੇ। ਹੁਣ ਫਿਰ ਉਹਦੇ ਅਪਾਰਟਮੈਂਟ ਸਾਹਮਣੇ ਮੈਂ ਖਲੋਤੇ ਹਾਂ, ਚੈੱਕ ਕਰ ਸਕਦੇ ਹੋ। ਹੁਣ ਜਾਣਾ ਸੁੱਤਿਆ ਹੋਣਾ ਉਹਨੂੰ ਉਠਾਉਣਾ, ਉਹਨੂੰ ਉਠਾ ਕੇ ਅਤੇ ਫਿਰ ਜਾਣਾ ਅਸਾਂ ਏਅਰਪੋਰਟ 'ਤੇ। ਟਾਈਮ ਅਜੇ 4 ਹੋਣੇ ਵਾਲੇ ਨੇ, ਅਤੇ ਧੁੱਪ ਜਿਹੜੀ ਹੈ ਨਾ ਸਹੀ ਹੈ, ਨਾ ਧੋ ਕੇ ਫਰੈਸ਼ ਹੋ ਗਿਆ ਜੀ, ਬੜੀ ਡਾਢੀ ਗਰਮੀ ਜੀ ਬਣੀ ਹੈ। A few moments later. ਅਯੋ ਨਾੜ ਤਾਂ ਤੇ ਨਹੀਂ ਜੀ, ਬੈਠੇ ਜਾਣਾ ਇਕੱਠੇ ਹੋ ਬਹਿਣ ਦੇਣ, ਬਸ ਸਾਡਾ ਪੈਟਰੋਲ ਪਾ ਦੇਣ। ਚੌਧਰੀ ਕੀ ਦੇਵਾ ਨਾ ਉੱਚ ਤੇਲੇ ਉੱਚ ਤੇਲੇ ਮਰ ਆਏ ਅਸਾਂ ਪਵਾਇਆ ਪੈਟਰੋਲ। ਕੀ ਪਵਾਇਆ ਗੁਜਰ? ਮੈਂ ਕਿਹੜਾ ਪਹਿਲਾਂ ਡੀਜ਼ਲ ਪਵਾਇਆ, ਅਸਾਂ ਪੈਟਰੋਲ ਪਵਾਇਆ। ਚੂਈ ਸਾਹਿਬ ਉਹਨਾਂ ਸਾਨੂੰ ਇਹ ਦਿੱਤੇ ਨੇ, ਉਹ ਆਉਂਦੇ ਨੇ ਕਿ 19 ਤਰੀਕ ਇੱਥੇ ਕੁਰਨ ਦਾ ਜੀ, ਤੁਸੀਂ ਆਓ ਅੱਛੀ ਵਾਲਾ ਕਰਕੇ ਤੁਹਾਨੂੰ ਗੱਡੀ ਕੱਢ ਕੇ ਦਿਆਂਗੇ ਇਨਾਮ ਵਿੱਚ। ਮੈਨੂੰ ਨਹੀਂ ਲੱਗਦਾ ਗੱਡੀ ਦੇਣ, ਪਤਾ ਨਹੀਂ ਸਮਝਦੇ ਨਹੀਂ ਜਾਂ ਕਿਸੇ ਨੂੰ, ਨਹੀਂ ਨਹੀਂ ਬਸ ਦੁਆ ਹੈ ਜੀ ਮਰਸਡੀਜ਼ ਹੁਣ ਕੱਢ ਦੇਣ ਨਾ, ਰਸ਼ ਬਾਬਾ ਲੱਗਾ ਪਿਆ। ਹੁਣ ਅਸੀਂ ਜਾ ਰਹੇ ਹਾਂ ਏਅਰਪੋਰਟ, ਏਅਰਪੋਰਟ ਜਾ ਰਹੇ ਹਾਂ। ਚੌਧਰੀ ਚੰਗੀ ਫੰਡ, ਉਹ ਮਰੋ ਵੀ ਮੱਠੀ ਰੱਖੋ ਜਹਾਜ ਉਹ। ਗੁੱਜਰ ਰਸ਼ ਬਹੁਤ ਹੈ, ਉਸ ਤੋਂ ਬਾਅਦ ਗਰਮੀ ਵੀ ਬਹੁਤ ਹੈ, ਸੂਰਜ ਵੇਖਣਾ ਨਹਾ ਧੋ ਕੇ ਨਿਕਲੇ। ਉਸ ਤੋਂ ਬਾਅਦ ਪਿੱਛੇ ਵਾਲੀ ਜਿਹੜੀ ਆ ਉਹ ਹਰਨ ਵੀ ਮਾਰਦੀ ਹੈ, ਉਹ ਪਰਾਂ ਲੰਘ ਗਈ ਹੈ, ਉਹ ਤੁਰ ਗਈ ਹਰਨ ਮਾਰਦੀ ਮਾਰਦੀ, ਜਾਣ ਦੇ ਸੋ ਅਸੀਂ ਵੇਖਣਾ ਹੀ ਨਹੀਂ। ਜਿੱਦਣ ਦਾ ਉਹ ਤੇਰਾ ਮੁੱਖ ਵੇਖਿਆ, ਗੱਡੀਆਂ ਦੀ ਲੈਣ ਪਿੱਛੇ ਵੀ ਚੈੱਕ ਕਰ, ਬਹੁਤ ਜ਼ਿਆਦਾ ਰਸ਼ ਗੁਜਰ, ਅੱਜ ਐਂ ਲੱਗਿਆ ਜਿਵੇਂ ਮਰੀਮ ਨਵਾਜ਼ ਇੱਥੇ ਆ ਗਈ। ਮਰੀਮ ਨਵਾਜ਼ ਵਾਸਤੇ ਜਾ ਸ਼ਾਮ ਨਾ ਹੱਜ ਹੈ ਆਂਦਾ ਨਾ, ਬੰਦਾ ਵੀ ਚੰਗਾ ਟੋੜੀ ਹੈ ਯਾਰ, ਤੂੰ ਇੱਥੇ ਰੂੜੀ ਤੇ ਮਰਸਦੀ ਕੰਨੀ ਨੂੰ ਸਾਹ ਲਾ ਤੂੰ। ਗੁੱਜਰ ਸਾਹਿਬ ਹੈ ਜਿਹੜੀ ਮਸਜਿਦ, ਇਹਦੇ ਬਾਰੇ ਕੋਈ ਸਾਡੇ ਇਲਮ 'ਚ ਇਜ਼ਾਫਾ ਸੱਟ ਹੋਣਾ? ਇਹਦੇ ਬਾਰੇ ਇਜ਼ਾਫਾ, ਮਸਜਿਦ ਮਾਸ਼ਾਅੱਲਾ ਸੋਹਣੀ ਬਣੀ ਹੈ, ਸਾਨੂੰ ਵੀ ਪਤਾ ਹੈ। ਵੈਸੇ ਤੁਰਕਿਸ਼ ਮਸਜਿਦ ਜਾਂਦਾ ਹੈ ਜਿੱਥੇ ਹੋਵੋ ਪਤਾ ਲੱਗ ਜਾਂਦਾ ਹੈ ਤੁਰਕਿਸ਼ ਹੈ, ਉਹ ਵੀ ਗੱਲ ਹੈ। ਤੇ ਦੂਸਰੇ ਨੰਬਰ 'ਤੇ ਹੈ ਕਿ ਅਸੀਂ ਇਸ ਟਾਈਮ ਪੜ੍ਹਾਂ ਐਂਬੂਲੈਂਸ ਹੀ ਮਰੋ ਜਾ ਜੋ ਤੁਰਕੇ, ਜਿਹੜੇ ਨੂੰ ਮਸਜਿਦ ਦਾ ਐਂਡ ਕਰ ਛੱਡਦੇ ਨੇ ਜਿਹੜੀ ਵੀ ਬਣਾਉਂਦੇ ਨੇ, ਮਨਾਰ ਜਿਹੜੇ ਨਹੀਂ ਇਹਨਾਂ ਦੇ ਪੱਕੇ ਹੁੰਦੇ। ਚੈੱਕ ਕਰਨਾ ਤੋਂ ਬੜਾ ਲੈਵਲ ਦਾ ਸ਼ਿਕਾਰ ਗੁੰਬਦ, ਓਏ ਹੋਏ 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 ਹੋਏ। ਉਹ ਪਾਕਿਸਤਾਨ ਇੱਕ ਫੈਸਲ ਮਸਜਿਦ ਬਣੀ ਆ ਜਿਹੜਾ ਜਿਹੜੇ ਯੁੱਧ ਜਾ ਕੇ ਫੋਟੋਆਂ ਛਿੱਕਦਾ ਰਹਿੰਦੇ। ਇੱਥੇ ਆ ਰਹੇ ਕੀ ਹੋਈ ਨਹੀਂ ਹੈ? A few moments later. ਮਤਲਬ ਬਸ ਆਪਣੀ ਗੱਡੀ ਪਾਰਕ ਨਹੀਂ ਕਰਨੀ, ਲੀਗਲ ਤਰੀਕੇ ਨਾਲ ਇਲੀਗਲ ਕਰਨੀ ਹੈ, ਖੋਲੋ ਆਏ। ਉਹ ਅਸੀਂ ਏਅਰਪੋਰਟ 'ਤੇ ਗੁਜਰ ਆ ਗਏ ਹੁਣ, ਦੱਸ ਨਾ ਕਿੱਥੇ ਆਏ ਹਾਂ?
ਏਅਰਪੋਰਟ ਤੇ ਪਹੁੰਚਾਏ ਅਗਲੀ ਗੱਲ ਹੋਣੀ ਜਿਸ ਬਾਹਰ ਨਿਕਲਾਂਗੇ ਤਾਂ ਫਿਰ ਪਤਾ ਲੱਗੇ। ਫਿਲਹਾਲ ਵੇਟਿੰਗ ਹੋ ਰਹੀ ਹੈ ਚੋਈ ਸਾਹਿਬ ਦੀ, ਪਤਾ ਨਹੀਂ ਕਿੱਥੇ ਰਹਿ ਗਿਆ, ਫਲੈਟ 'ਚ ਰੋਕਣੀ ਲੈ ਗਈ ਹੈ, ਬੰਦੇ ਵੀ ਨਿਕਲ ਗਏ ਨੇ ਅਤੇ ਅਜੇ ਚੋਈ ਸਾਹਿਬ ਨਹੀਂ ਆ ਰਹੇ। ਸਾਰੇ ਆ ਗਏ, ਮੁਰਸ਼ਦ ਵੋ ਨਹੀਂ ਆਇਆ ਜਿਸਕੇ ਲੀਏ ਹਮ ਖੜੇ ਹੈਂ। A few moments later. ਏਅਰਪੋਰਟ ਤੇ ਵਿਖਾਏ ਕੋਈ ਨਹੀਂ ਕਰਮ ਵਾਲਿਆ ਉਹਨਾਂ ਨੇ। ਲਓ ਜੀ ਇਹ ਸਾਡਾ ਏਅਰਪੋਰਟ, ਜੇ ਫਿਰ ਨਾ ਗਿਆ ਸਨ ਸਾਹਮਣੇ ਏਅਰਪੋਰਟ ਨਹੀਂ ਵਿਖਾਇਆ। ਇੰਝ ਸਮਝੋ ਜਿਵੇਂ ਤੁਸੀਂ ਪੈਟਰੋਲ ਪੰਪ ਤੋਂ ਨਾ ਪੈਟਰੋਲ ਪਵਾਉਣ ਆਏ ਹੋ। ਅਸਲ ਸ਼ਹਿਰ ਅਸਲ ਕਿੱਥੋਂ ਦਾ ਏਅਰਪੋਰਟ ਹੈ? ਤੁਰਕੀ ਦਾ। ਵੇਖਿਆ ਤੁਰਕੀ ਦਾ ਏਅਰਪੋਰਟ ਭਈਆ, ਇਹ ਕੋਈ ਏਅਰਪੋਰਟ ਹੈ? ਸਨ ਅਸੀਂ ਇਹ ਲੈਣ ਆਏ ਹਾਂ ਜੀ, ਸਾਨੂੰ ਲੱਭ ਗਿਆ, ਹੁਣ ਚੱਲੀਏ ਗੁਜਰ। ਅਸੀਂ ਸਾਡੇ ਨਾਲ ਆਏ ਪੂਰਾ ਗੁਜਰ ਹੋਇਆ ਧਰੋ ਪਹਿਲ ਇੱਕ ਘੰਟਾ ਕੀਤਾ ਉਹਨਾਂ ਦਾ ਪੁਰਾਣਿਆਂ ਦਾ ਵੇਟ। ਅਸਾਂ ਲੈਣਾ ਸੀ ਉਹਨਾਂ ਕੋਲ ਆਪਣਾ ਮੋਬਾਈਲ ਅਤੇ ਪਹਿਲ ਉੱਤੇ ਅਸਾਂ ਘੰਟਾ ਵੇਟ ਕੀਤਾ, ਮਸਾਂ ਕਿਧਰੋਂ ਨਿਕਲ ਕੇ ਆਏ ਨੇ ਅਤੇ ਫਿਰ ਵੱਡੀ ਗੱਲ ਇਹ ਵੀ ਕਿ ਉਹਨਾਂ ਨੇ ਬੰਦਾ ਹੀ ਅੱਗੋਂ ਕੋਈ ਨਹੀਂ ਲੈ ਆਇਆ ਗੁਜਰ। ਕਾਂ ਸੇ ਆਤੇ ਹੈ ਐਸੇ ਏਜੰਟ ਕਰਮਾਇਆ, ਉਹਨਾਂ ਨੇ ਬੰਦਾ ਹੀ ਕੋਈ ਲੈਣ ਆਇਆ। ਫਿਰ ਘੰਟਾ ਅਸੀਂ ਉਹਨਾਂ ਉੱਤੇ ਸਿਰਖ ਪਾਇਆ, ਕਦੀ ਨੰਬਰ ਇੱਧੋ ਲੈ ਉਹਦੇ ਲੈ ਦੇ ਦੂ ਦੇ ਦੋ ਅਤੇ ਰਾਬਤੇ ਕਰਾਏ ਨੇ ਉਹਨਾਂ ਨੇ, ਠੀਕ ਹੈ ਤੁਸੀਂ ਜਾਓ ਹੁਣ ਸਾਨੂੰ ਕੋਈ ਲੈਣ ਆ ਹੀ ਜਾਏਦਾ। ਅਸੀਂ ਫਿਰ ਵਹਿੰਦੇ ਉਹ ਫੜੇ ਨੇ ਆਪਣੇ ਛਾਕੇ ਮਾ ਕੇ ਗੁਜਰ। ਅੱਜ ਪਾਲਟੀ ਤਾਂ ਬਣਦੀ ਹੈ ਨਾ ਤੇਰੀ, ਮੈਂ ਅੱਜ ਪਾਲਟੀ ਦੇਣਾ, ਮੋਬਾਈਲ ਆ ਗਿਆ। ਪਾਲਟੀ ਤੂੰ ਦੇਣੀ, ਮੋਬਾਈਲ ਤੇਰਾ ਹੈ ਮੇਰਾ ਹੈ, ਪਹਿਲੇ ਮੈਨੂੰ ਇਹ ਦੱਸ। ਅਤੇ ਕਰਮਾਇਆ ਗੱਡੀ ਵੀ ਤਾਂ ਵੇਖਣਾ, ਗੱਡੀ 'ਚ ਸਪੈਸ਼ਲ ਲੈਣ ਆਏ ਹਾਂ ਅੱਜ ਪਾਲਟੀ ਗੁਜਰ ਕੋ ਮੈਂ ਖਾਣ ਦਾ। ਗੁਜਰ ਸਾਹਿਬ ਖੋਲ੍ਹ ਬਾਰੀ ਅਤੇ ਅਸਾਂ ਪਾਰਕਿੰਗ ਤੋਂ ਬਾਹਰ ਹੀ ਖਿਲਾਰੀ ਹੈ, ਪਾਰਕਿੰਗ ਉਹ ਹੋਵੇ ਗੱਡੀ ਅਸਾਂ ਇੱਥੇ ਖਿਲਾਰੀ ਹੈ, ਕਿਉਂਕਿ ਅਸੀਂ ਸਰਕਾਰੀ ਬੰਦੇ ਨਹੀਂ, ਅਸੀਂ ਹਾਂ ਅਸੀਂ ਆਪਣੀ ਆਪੇ ਹੀ ਸੁਣਨੇ, ਅਸੀਂ ਨਹੀਂ ਕਿਸੇ ਦੀ ਸੁਣਦੇ। ਇਹ ਸਾਡਾ ਏਅਰਪੋਰਟ ਆ ਜੀ, ਬਾਏ ਬਾਏ ਏਅਰਪੋਰਟ। ਸਨ ਸਾਡੀ ਚੀਜ਼ ਲੱਭ ਗਈ ਹੈ, ਚੈੱਕ ਕਰ ਸਕਦੇ ਹੋ, ਪੂਰਾ ਵੀ ਆਈ ਪੀ ਮਾਹੌਲ ਬਣੇ ਆ। ਗੁਜਰੋ ਹੁਣ ਜਾਣ ਦੇ ਕਿਸੇ ਹੋਟਲ ਵਿੱਚ, ਮੈਨੂੰ ਤਾਂ ਜਾ ਕੇ ਪਾਲਟੀ ਦੇ ਲੈ, ਇਹ ਤਾਂ ਟੁੱਟਿਆ ਪਈ। ਇਹ ਸਾਡਾ ਲਫਕੋ ਸ਼ਾਹ ਜੇ ਲਫਕੋ ਸ਼ਾਹ, ਸਾਹਮਣੇ ਗੱਡੀ ਐਂ ਜਿਵੇਂ ਛਕੜਾ ਮਾਲ ਆਉਂਦਾ ਪੂਰਾ ਪੋਸਟਰ। ਹਾਂ ਮੈਂ ਲਫਕੋ ਸ਼ਾਹ ਤੋਂ ਮੰਗੋ ਉਹ ਵੇਖ ਰਹੇ ਨੇ ਉਂਝ ਵੀ, ਲਓ ਜੀ ਕੋਸਟਰਾ ਇੱਥੇ ਵੀ ਚੱਲਦੀਆਂ ਨੇ ਤੱਕੀਆਂ, ਲਫਕੋਸ਼ਾ ਤੋਂ ਮਗੋਸਾ ਜਾ ਰਹੀ ਹੈ ਅਤੇ ਲੇਕਿਨ ਮੈਂ ਕਿਹਾ ਚੱਲ ਤੁਹਾਨੂੰ ਲਫਕੋਸ਼ਾ ਵੀ ਵਿਖਾ ਦੇਈਏ। ਇਹ ਲਫਕੋਸ਼ਾ ਜੇ ਏਅਰਪੋਰਟ ਤੇ ਤੁਸੀਂ ਅੱਗੇ ਖੈਰ ਵੇਖ ਹੀ ਲਿਆ, ਗੁਜਰ ਤੁਸੀਂ ਅੱਗੇ ਵੇਖੇ ਆ, ਗੁਜਰ ਨਾ ਵੇਖੀ ਜੇ ਨਾ, ਉਹ ਮੇਰਾ ਬੇਲੀ ਆਈ ਕਾਲਿਆ ਸ਼ੀਸ਼ੀ ਬੰਦੀ ਸ਼ੀਸ਼ੀ ਬੰਦ ਆਈ ਆ। ਲਓ ਜੀ ਇਹ ਸਾਡਾ ਥੱਕਿਆ ਲਫਕੋਸ਼ਾ, ਇਹਦੇ ਨਾਲ ਗਿਰਨਾ ਸਾਡਾ ਸੋਹਣਾ। ਗੁਜਰ ਝੂਟਾ ਲੈਣਾ ਅਗਲੇ ਦਿਹਾੜੇ ਕਸ਼ਤੀ ਟੁੱਟੀ ਨਹੀਂ ਉੱਥੇ ਪਾਕਿਸਤਾਨ ਦੇਖੀ ਜਾ ਨਾ, ਰਸ਼ ਬਹੁਤ ਜ਼ਿਆਦਾ ਇੱਥੇ ਅਤੇ ਮੈਂ ਕਿਹਾ ਤੁਹਾਨੂੰ ਕੰਮ ਦੀ ਗੱਲ ਦੱਸ ਛੱਡਾਂ ਕਿਉਂਕਿ ਹੋਰ ਜੇ ਕੰਮ ਹੀ ਕੋਈ ਨਾ ਜੀ, ਅੱਗੇ ਰਸ਼ ਬਹੁਤ ਜ਼ਿਆਦਾ। ਗੁਜਰ ਸਾਹਿਬ ਇੱਥੇ ਕਾਲਿਆਂ ਬੰਦਿਆਂ ਨੂੰ ਕੀ ਆਉਂਦੇ ਨੇ? ਕਾਲਿਆਂ ਬੰਦਿਆਂ ਨੂੰ ਇੱਥੇ ਆਖਦੇ ਨੇ ਜੀ ਬੱਟ। ਕਿਆ ਬੋਲਾ? ਬੱਟ ਸਾਹਿਬ, ਕਾਲਿਆਂ ਆਉਂਦੇ ਨੇ ਬੱਟ ਅਤੇ ਹੁਣ ਅੱਗੋਂ ਜਿਹੜਾ ਕਾਲਾ ਲੱਭਣਾ ਕਰਨਾ ਉਹਨੂੰ ਬੱਟ ਆਉਣਾ ਕਰਨਾ ਅਤੇ ਅੱਜ ਤੋਂ ਬਾਅਦ ਕਾਲਾ ਨਹੀਂ ਕਿਸੇ ਬੰਦੇ ਆਉਣਾ, ਫਿਰ ਪਤਾ ਜਾਣਾ ਗੁਜਰ ਦਾ, ਗੁਜਰ ਕੱਚਿਆਂ ਖਾ ਜਾਂਦਾ ਬੰਦੇ। ਚੈੱਕ ਕਰੋ ਜੀ ਗੱਡੀ ਬੱਸ ਤੁਸੀਂ ਬਾਟ ਸਾਹਿਬ, ਉਹ ਗੁਜਰ ਸਾਹਿਬ, ਅਗਲੀ ਗੱਲ ਛੱਡੋ। ਲਓ ਜੀ ਇਹ ਸਾਡੇ ਬਾਟ ਲਾਪ ਗਏ ਨੇ, ਛੇਕ ਛੇਕ ਗੱਡੀ ਛੇਕ ਕਰਮ ਵਾਲਿਆ, ਹੁਣ ਮੈਂ ਵਿੱਚ ਬਾਟ ਵਿਖਾਉਣ ਲੱਗਾ, ਲੈ ਵਿੱਚ ਆ ਗੱਡੀ ਆ ਗਈ ਆ, ਇਹ ਬੱਟਾ ਸਾਡੇ ਗੱਡੀ ਮਾਰ ਲਈਏ ਬਾਟ ਸਾਹਿਬ, ਐਕਸੀਡੈਂਟ ਕਰਕੇ ਗੁਜਰ ਸਾਹਿਬ ਉੱਥੇ ਪੈ ਰਹੇ ਨੇ। ਇਹ ਉਹ ਪਹਾੜੀ ਹੈ ਕਿ ਸੈਪਰਸ ਦੀ ਇਹ ਕਾਫੀ ਮੇਨ ਪਹਾੜੀ ਹੈ ਮੈਨੂੰ ਲੱਗਦਾ, ਇਸ ਤੋਂ ਅੱਗੇ ਹੋਰ ਕੋਈ ਨਾ ਪਹਾੜੀ ਗੁਜਰ ਸਾਹਿਬ ਇੱਥੇ? ਇਹ ਤਾਂ ਸਾਰੇ ਪਾਸੇ ਪਹਾੜੀ ਨਾ, ਪਰ ਸ਼ਹਿਰ ਦੇ ਵਿਚਕਾਰ। ਹਾਂ ਹਾਂ ਸੋਰੀ, ਬਹੁਤ ਸ਼ਹਿਰ ਜਾਣਾ ਤੇ ਇਸ ਪਹਾੜੀ ਦੇ ਉੱਤੋਂ ਦੀ ਕ੍ਰਾਸ ਕਰ। ਜੀ ਜੀ ਬਿਲਕੁਲ, ਇਹ ਹੁਣ ਪਹਾੜੀ ਸਾਹਮਣੇ ਆ ਗਈ ਹੈ, ਅਸੀਂ ਫਿਲਹਾਲ ਲਫਕੋਸ਼ੇ ਵਿੱਚ ਆ, ਅਸਾਂ ਹੁਣ ਜਾਣਾ ਗਿਰਨੇ ਆਪਣੀ ਸਿਟੀ, ਤੇ ਇਹ ਅਸਾਂ ਪਹਾੜੀ ਕ੍ਰਾਸ ਕਰਕੇ ਤਾਂ ਗਿਰਨੇ ਵਿੱਚ ਵੜਨਾ, ਵੜਨਾ ਨਾਮੁਮਕਿਨ ਹੈ ਗਿਰਨੇ ਵੜਨਾ। ਇਹ ਗਿਰਨੇ ਆ ਗਿਆ, ਅਸਾਂ ਇੱਥੇ ਜਾਣਾ ਲਪਤੇ ਵਾਲੇ ਉਹਦੇ ਟੋਰ ਜੋ ਜੀ। ਉਹ ਜੀ ਗੁਜਰ ਸਾਹਿਬ ਹੁਣ ਪਤਾ ਨਹੀਂ ਕੀ ਕੋਈ ਡਰਿੰਕ ਸ਼ਰਿੰਕ ਪਿਆਉ ਨੇ ਸਨ, ਅਤੇ ਅਸੀਂ ਤਾਂ ਅੱਗੇ ਭੁੱਖੇ ਬੰਦ ਰਹੇ ਯਾਰ, ਸ਼ੁਕਰ ਕਰਦੇ ਹਾਂ ਕੋਈ ਸਾਨੂੰ ਬੰਦਾ ਲੱਭ ਹੈ ਕਿ। ਗੁਜਰ ਸਾਹਿਬ ਮੈਂ ਨਾ ਲੈ ਕੇ ਦਿਓ ਨਾ, ਆਪੇ ਜੋ ਮਰਜ਼ੀ ਦੇਖਾਓ,
ਗੁਜਰ ਸਾਹਿਬ ਸਨ ਰੈਡ ਬੁੱਲ ਲੈ ਕੇ ਦਿੱਤੀ ਜਿਹੜੇ ਜ਼ਿੰਦਗੀ 'ਚ ਪਾਕਿਸਤਾਨ ਮੈਂ ਅੱਜ ਤੱਕ ਨਹੀਂ ਪੀਤੀ ਗੁਜਰ ਇੱਥੇ ਆ ਗਏ ਉਹੀ ਬਾਹਰ ਉਹਨੇ ਦਾ ਇੱਕ ਫਾਇਦਾ ਹੋ ਗਿਆ ਕਿ ਜਿਹੜਾ ਨਹੀਂ ਪਾਕਿਸਤਾਨੀ ਇੱਧਰ ਹੀ ਰੈਡ ਬੁੱਲ ਪੀਵੀ ਚਕਲੇਟਾਂ ਚਕਲੇਟਾਂ ਦੋ ਮੈਂ ਨਾ ਐਂਡ ਹੋ ਗਿਆ ਪਾਕਿਸਤਾਨੀ ਇੱਧਰ ਹੀ ਰੈਡ ਬੁੱਲ ਪੀਵੀ ਦੀ ਇੱਥੇ ਰੋਜ਼ਾਨਾ ਦੂਜੇ ਜਿਹੜੇ ਕੋਈ ਨਾ ਕੋਈ ਬੰਦਾ ਲਾਭ ਦਿੰਦਾ ਰੈਡ ਬੁੱਲ ਪਿਆਉਣੇ ਵਾਲਾ ਬਾਕੀ ਹੁਣ ਫਿਰ ਇਹ ਮਾਰਕੀਟ ਆਈ ਹਨੇਰਾ ਹੋ ਗਿਆ ਹੁਣ ਅਸੀਂ ਵੀ ਚਲੀਏ ਘਰ ਖੋਲਾ ਬਾਰੀ ਆ ਗਏ ਆਪਣੇ ਆਲ ਮੁਕੀਮ ਆਫ ਗਿਰਨੇ ਇਹ ਨਹੀਂ ਹੈ ਗੁਜਰ ਆਲ ਮੁਕੀਮ ਆਫ ਗਿਰਨੇ ਅਤੇ ਹੁਣ ਲਾਓ ਸਨ ਅਸੀਂ ਚਲੀਏ ਗੁਜਰ ਸਾਹਿਬ ਗੁਜਰ ਲਈ ਹੁਣ ਸਾਨੂੰ ਪਾਰਕਿੰਗ ਵਿੱਚ ਲਾਹਣ ਦੇ ਅਤੇ ਅਸੀਂ ਟੁੱਟ ਜਾਂਦੇ ਆਪਣੇ ਘਰ ਵੱਲ ਅਤੇ ਗੁਜਰ ਲਈ ਫਿਰ ਆਪਣਾ ਭੁੰਡੀ ਛੁੰਡੀ ਮਾਰਨ ਜਾਣ ਅਤੇ ਜਿਹਦੇ ਕੋਈ ਜਾਣਾ ਭੁੰਡੀ ਛੁੰਡੀ ਕਿੱਥੇ ਮਾਰਨੀ ਆ ਇੱਥੇ ਮੁੜੇ ਕੋਲ ਫਾਤਿਆ ਆਉਣੀ ਹੈ ਉਹ ਅੱਛਾ ਅੱਛਾ ਫਾਤਿਆ ਆਉਣੀ ਫੋਨ ਮਾਰਿਆ ਨਹੀਂ ਫਿਰ ਠੀਕ ਹੋ ਗਿਆ ਚੰਗਾ ਫਿਰ ਗੁਜਰ ਬਾਏ ਸਹੀ ਮੈਂ ਮਾਰੀਏ ਟਕਾ ਕੇ ਦਰਾਦ ਲੋਈ ਆ ਅਸੀਂ ਆ ਗਏ ਵਾਪਸ ਅਤੇ ਅੱਜ ਦਾ ਇਹ ਆਖਰੀ ਵਲੌਗ ਆ ਜਿਹੜਾ ਕਿ ਮੇਰੇ ਥੱਥੇ ਮੋਬਾਈਲ 'ਤੇ ਬਣਿਆ ਯਾਨੀ ਕਿ ਸੈਮਸੰਗ ਮੋਬਾਈਲ 'ਤੇ ਅਤੇ ਅੱਗੋਂ ਜਿਹੜਾ ਨਹੀਂ ਅੱਗੋਂ ਤੋਂ ਆਈਫੋਨ 'ਤੇ ਬਣਨ ਕਰਨ ਦੇ ਵਲੌਗ ਬੜੇ ਮਜ਼ੇ ਮਜ਼ੇ ਦੇ ਅਤੇ ਚਸ ਚਸ ਦੇ ਬਾਕੀ ਹੁਣ ਫਿਰ ਅਸੀਂ ਘਰ ਆ ਗਏ ਹਾਂ ਚੰਗਾ ਫਿਰ ਮਿਲਦੇ ਹਾਂ ਅਗਲੇ ਵਲੌਗ 'ਚ ਅਸਲ 'ਚ ਮੋਬਾਈਲ ਹੀ ਲੈਣਾ ਏਅਰਪੋਰਟ ਤਾਂ ਗਏ ਹਾਂ ਮੋਬਾਈਲ ਲਿਆ ਅਤੇ ਹੁਣ ਆ ਗਏ ਹਾਂ ਚੰਗਾ ਫਿਰ ਸਬਸਕ੍ਰਾਈਬ ਲਾਈਕ ਕਰੋ ਤੇ ਇੱਕ ਵਾਰੀ ਪਾਟੋ ਫਿਰ ਹੁਣ ਅਗਲੇ ਵਲੌਗ 'ਚ ਮਿਲਦੇ ਹਾਂ ਓਕੇ ਬਾਏ ਬਾਏ।